ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫੇਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਜਿਹੜਾ ਡਿਜ਼ਾਈਨ ਲੈ ਕੇ ਆਈਆਂ ਇਹ ਡਿਜ਼ਾਈਨ ਜਿਹੜਾ ਲੇਡੀਜ਼ ਕੋਟੀ ਤੇ ਆਪਾਂ ਪਾ ਸਕਦੇ ਹਾਂ ਜੈਂਟਸ ਕੋਟੀ ਤੇ ਇਹ ਵਾਲਾ ਡਿਜ਼ਾਈਨ ਨਹੀਂ ਪਾਏਗਾ ਓਨਲੀ ਲੇਡੀਜ਼ ਕੋਟੀ ਤੇ ਇਹ ਵਾਲਾ ਡਿਜ਼ਾਈਨ ਪਾਏਗਾ ਤੇ ਇਸ ਨੂੰ ਆਪਾਂ ਕੁੜੀਆਂ ਦੀ ਜਿਹੜੀ ਅੱਜ ਕੱਲ ਸਕੀਵੀ ਦਾ ਬਹੁਤ ਜ਼ਿਆਦਾ 트ੈਂਡ ਚੱਲ ਰਿਹਾ ਹੈ ਆਪਾਂ ਸਕੀਵੀ ਤੇ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਉਸ ਦੇ ਵਾਸਤੇ ਨੀਚੇ ਤੁਸੀਂ ਪਹਿਲੋ 5 6 ਇੰਚ ਦਾ ਬਾਰਡਰ ਬਣਾ ਲਓ ਲੰਬਾ ਲੰਬਾ ਬਾਰਡਰ ਮਤਲਬ ਦੋ ਉਲਟੇ ਦੋ ਸਿੱਧੇ ਕੁੰਡਿਆਂ ਵਾਲਾ 5 6 ਇੰਚ ਦਾ ਬਾਰਡਰ ਬਣਾ ਲਓ ਤੇ ਉਸ ਤੋਂ ਬਾਅਦ ਜਿਹੜਾ ਇਹ ਡਿਜ਼ਾਈਨ ਆ ਬਾਰਡਰ ਤੋਂ ਬਾਅਦ ਆਪਾਂ ਬਣਾਵਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਆ ਸਿਰਫ ਉਲਟੇ ਸਿੱਧੇ ਕੁੰਡਿਆਂ ਦੀਆਂ ਸਲਾਈਆਂ ਹੀ ਚੜਨੀਆਂ ਨੇ ਤੇ ਇੱਕ ਕੁੰਡੇ ਦਾ ਟੋਟਲ ਡਿਜ਼ਾਈਨ ਆ ਇੱਕ ਕੁੰਡਾ ਤੇ ਇੱਕ ਹੀ ਸਲਾਈ ਦੇ ਵਿੱਚ ਇਹ ਡਿਜ਼ਾਈਨ ਬਣ ਜਾਏਗਾ ਬਾਕੀ ਸਲਾਈਆਂ ਉਲਟੀਆਂ ਸਿੱਧੀਆਂ ਹੀ ਬਣਨੀਆਂ ਆ ਤੇ ਬਹੁਤ ਹੀ ਸੋਖਾ ਡਿਜ਼ਾਈਨ ਆ ਇਸ ਦੇ ਵਿੱਚ ਸਾਨੂੰ 8 8 ਦੇ ਹਿਸਾਬ ਦੇ ਨਾਲ ਕੁੰਡੇ ਪਾਉਣੇ ਪੈਂਦੇ ਨੇ 8-8 ਦੇ ਹਿਸਾਬ ਦੇ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਜਿਹੜਾ ਤੁਸੀਂ ਬਾਧੂ ਪਾ ਲਓ ਤੇ ਡਿਜ਼ਾਈਨ ਬਿਲਕੁਲ ਪੂਰਾ ਆ ਜਾਏਗਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਪਾ ਸਕਦੇ ਹੋ ਵਾਈਟ, ਬਲੈਕ, ਰੈੱਡ, yellow, green ਹਰ ਰੰਗ ਤੇ ਬਲਾ ਡਿਜ਼ਾਈਨ ਜਿਹੜਾ ਉਹ ਬਹੁਤ ਹੀ ਉੱਠ ਕੇ ਆਏਗਾ ਕਿਉਂਕਿ ਬਹੁਤ ਜ਼ਿਆਦਾ ਉਭਰੇ-ਉਭਰੇ ਡਿਜ਼ਾਈਨ ਬਣਦਾ ਹੈ ਸਿਰਫ ਇੱਕ ਹੀ ਕੁੰਡੇ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਆ ਹੁਣ ਆਪਾਂ ਡਿਜ਼ਾਈਨ ਜਿਹੜਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਇੱਕ ਸਲਾਈ ਉਲਟੀ ਔਰ ਇੱਕ ਸਲਾਈ ਸਿੱਧੀ ਜਿਹੜੀ ਆ ਉਹ ਬਣਾ ਲਵੋ ਸਿੰਪਲ ਹੀ ਸਿੰਪਲ ਉਲਟੀ ਸਿੱਧੀ ਸਲਾਈ ਨੂੰ ਤੁਸੀਂ ਬਣਾ ਲਵੋ ਉਸ ਤੋਂ ਬਾਅਦ ਡਿਜ਼ਾਈਨ ਆਪਾਂ ਸ਼ੁਰੂ ਕਰਾਂਗੇ 8-8 ਦੇ ਹਿਸਾਬ ਦੇ ਨਾਲ ਇਹਦੇ ਵਿੱਚ ਕੁੰਡੇ ਪਾਣੇ ਆ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਵੀਡੀਓ ਪਸੰਦ ਨਹੀਂ ਆਉਂਦੀ ਤੇ ਵੀਡੀਓ ਨੂੰ ਡਿਸਲਾਈਕ ਕਰ ਦਿਓ ਪਹਿਲੀ ਸਲਾਈ ਸਿੱਧੀ ਆਪਾਂ ਬਣਾ ਲਈਏ ਦੂਸਰੀ ਸਲਾਈ ਜਿਹੜੀ ਆ ਪੂਰੀ ਉਲਟੀ ਬਣਾਵਾਂਗੇ ਸਿਰਫ ਇੱਕ ਸਲਾਈ ਦੇ ਵਿੱਚ ਹੀ ਡਿਜ਼ਾਈਨ ਬਣਨਾ ਆ ਤੇ ਉਲਟੀਆਂ ਸਿੱਧੀਆਂ ਸਲਾਈਆਂ ਬਾਕੀ ਬਣਣੀਆਂ ਨੇ ਇੱਕੇ ਹੀ ਕੁੰਡੇ ਦੇ ਡਿਜ਼ਾਈਨ ਬਣਨਾ ਬਾਕੀ ਕੁੰਡੇ ਵੀ ਉਲਟੇ ਸਿੱਧੇ ਹੀ ਬਣਨੇ ਨੇ ਬਹੁਤ ਸੋਖਾ ਡਿਜ਼ਾਈਨ ਆ ਉਲਟੀ ਸਲਾਈ ਵੀ ਆਪਾਂ ਬਣਾ ਲਈ ਆ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਤੇ ਤੇ ਇੱਥੇ ਆਪਾਂ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਪਹਿਲਾ ਕੁੰਡਾ ਆਪਾਂ ਉਤਾਰ ਲੈਣਾ ਉਸ ਤੋਂ ਬਾਅਦ ਇੱਕ ਕੁੰਡੇ ਨੂੰ ਆਪਾਂ ਸਿੱਧਾ ਹੁਣਨਾ ਇਸ ਤਰ੍ਹਾਂ ਕਰਕੇ ਇੱਕ ਕੁੰਡੇ ਨੂੰ ਸਿੱਧਾ ਹੁਣ ਲਿਆ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਫਿਰ ਇਹ ਜਿਹੜਾ ਹੁਣਿਆ ਆ ਇਹਨੂੰ ਇਹ ਵੱਲੇ ਆਪਾਂ ਖੱਬੇ ਹੱਥ ਵਾਲੀ ਸਲਾਈ ਤੇ ਪਾ ਲੈਣਾ ਤੇ ਇਹਨੂੰ ਦੁਬਾਰਾ ਉਣ ਲੈਣਾ ਇੱਕ ਵਾਰ ਉਣ ਲਿਆ ਇਸੇ ਤਰ੍ਹਾਂ ਆਪਾਂ 6 ਵਾਰ ਇਹਨੂੰ ਕਰਨਾ ਵਾ ਫਿਰ ਇਹਨੂੰ ਇੱਧਰ ਪਾ ਕੇ ਤੇ ਦੁਬਾਰਾ ਉਣ ਲੈਣਾ ਇੱਕ ਹੀ ਕੁੰਡੇ ਨੂੰ ਦੋ ਵਾਰ ਉਣ ਲੈਣਾ ਇਸੇ ਤਰ੍ਹਾਂ ਆਪਾਂ 6 ਵਾਰ ਕਰਨਾ ਥੋੜਾ ਜਿਹਾ ਲਾਗੂ ਕਰਕੇ ਤੁਹਾਨੂੰ ਦਿਖਾਉਣੀ ਐ ਵੇਖੋ ਐਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਉਣਨਾ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਪਾ ਕੇ ਦੁਬਾਰਾ ਇਸ ਨੂੰ ਸਿੱਧਾ ਉਲ ਲੈਣਾ ਇਹ ਤਿੰਨ ਵਾਰੀ ਬਣਾ ਲਿਆ ਫਿਰ ਚਾਰ ਵਾਰੀ ਛੇ ਵਾਰੀ ਆਪਾਂ ਇਸੇ ਤਰੀਕੇ ਦੇ ਨਾਲ ਕਰਨਾ ਚਾਰ ਵਾਰ ਯਾਨੀ ਹੋ ਗਿਆ ਸਾਡਾ 5 ਵਾਰ ਤੇ ਇਹ ਹੋ ਗਿਆ 6 ਵਾਰ 6 ਵਾਰ ਆਪਾਂ ਇਸ ਤਰ੍ਹਾਂ ਕਰਕੇ ਐ ਵੇਖੋ 6 ਵਾਰ ਆਪਾਂ ਇਸ ਤਰ੍ਹਾਂ ਉਲ ਲੈਣਾ ਆ ਫਿਰ ਆਪਾਂ ਵਾਪਸ ਇੱਥੋਂ ਹੀ ਵਾਪਸ ਸੋਜਣਾ ਫਿਰ ਤਾਂ ਆਪਣਾ ਦੂਸਰੀ ਸਾਈਡ ਕਰ ਲੈਣਾ ਫਿਰ ਵੇਖੋ ਇਹ 6 ਗੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਦੋ-ਦੋ ਵੱਲ ਮਾਰਨੇ ਸਿੱਧੇ ਹੋਣਦੇ ਹੋਏ 1 2 3 4 5 6 6 ਗੁੰਡਿਆਂ ਨੂੰ ਆਪਾਂ ਦੋ-ਦੋ ਵੱਲ ਮਾਰ ਲਏ ਫਿਰ ਤਾਂ ਅਗਾ ਇਧਰ ਵਾਲੀ ਸਾਈਡ ਕਰ ਲਾਂਗੇ ਤੇ ਇੱਥੋਂ ਹੀ ਆਪਾਂ ਫੇਰ ਵਾਪਸ ਹੋ ਜਾਣਾ ਹੈ ਹੁਣ ਵੇਖੋ ਕੀ ਕਰਨਾ ਹੈ 6 ਕੁੰਡਿਆਂ ਨੂੰ ਆਪਾਂ ਲੂਜ਼ ਕਰ ਲੈਣਾ 1 2 3 4 5 6 6 ਕੁੰਡਿਆਂ ਨੂੰ ਲੂਜ਼ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਪਹਿਲਾਂ ਬੈਕ ਲੂਪ ਦੇ ਨਾਲ ਇਕੱਠਿਆਂ ਨੂੰ ਉਣਕੇ ਤੇ ਇੱਕ ਕਰ ਦੇਣਾ ਹੈ ਪਹਿਲਾ ਬੈਕ ਲੂਪ ਦੇ ਨਾਲ ਕਰ ਲਿਆ ਫਿਰ ਆਪਾਂ ਇਹਨੂੰ ਫਰੰਟ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਥੇ ਸਾਡੇ ਕੋਲ ਹੁਣ ਦੋ ਕੁੰਡੇ ਹੋ ਗਏ ਨੇ ਅਗਲੇ 7 ਕੁੰਡੇ ਜਿਹੜੇ ਆਪਾਂ ਸਿੱਧੇ ਬਣਾਵਾਂਗੇ 1 2 3 4 5 6 ਤੇ 7 7 ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਫਿਰ ਇਸੇ ਤਰ੍ਹਾਂ ਆਪਾਂ ਡਿਜ਼ਾਈਨ ਬਣਾਵਾਂਗੇ ਇੱਧਰ ਵੇਖੋ ਇੱਕ ਵਾਰ ਉਣ ਲਿਆ ਇਹਨੂੰ ਸਲਾਈ ਦੇ ਉੱਪਰ ਪਾ ਲੈਣਾ ਫਿਰ ਦੁਬਾਰਾ ਉਣ ਲਿਆ ਫਿਰ ਦੂਜੀ ਵਾਰ ਉਣ ਲਿਆ ਫਿਰ ਸਲਾਈ ਦੇ ਉੱਪਰ ਪਾ ਲਿਆ ਫਿਰ ਦੁਬਾਰਾ ਉਣ ਲਿਆ ਫਿਰ ਤਿੰਨ ਵਾਰ ਉਣ ਲਿਆ 6 ਵਾਰ ਆਪਾਂ ਇਸੇ ਤਰੀਕੇ ਦੇ ਨਾਲ ਇੱਕ ਕੁੰਡੇ ਤੋਂ ਆਪਾਂ 6 ਗੁੰਡੇ ਬਣਾ ਲੈਣੇ ਆ 4 ਹੋ ਗਏ 5 ਹੋ ਗਏ ਪੇਰੇ 6 ਹੋ ਗਏ 6 ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਸਲਾਈ ਆਪਣੀ ਨੂੰ ਘੁਮਾ ਲੈਣਾ ਹੈ ਧਾਗਾ ਦੂਸਰੀ ਸਾਈਡ ਲੈ ਜਾਣਾ ਹੈ ਤੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਕਰਕੇ 2-2 ਵਲ ਮਾਰਨੇ 1 2 3 4 5 6 ਇਸ ਤਰ੍ਹਾਂ ਵਲ ਮਾਰ ਲਿਆ ਫਿਰ ਆਪਾਂ ਵਾਪਸ ਚਲੇ ਜਾਣਾ ਧਾਗਾ ਇਧਰ ਲਈ ਸਾਈਡ ਕਰ ਲੈਣਾ ਹੈ ਫਿਰ ਵੇਖੋ ਇਹਨਾਂ ਨੂੰ ਲੂਜ਼ ਕਰਨਾ 1 2 3 4 5 6 6 ਗੁੰਡਿਆਂ ਨੂੰ ਲੂਜ਼ ਕਰਨ ਤੋਂ ਬਾਅਦ ਆਪਾਂ ਆਪਣੀ ਇਧਰ ਵਾਲੀ ਖੱਬੇ ਹੱਥ ਵਾਲੀ ਸਲਾਈ ਤੇ ਇਹਨਾਂ ਨੂੰ ਪਾ ਕੇ ਪਹਿਲਾਂ ਇਸ ਤਰ੍ਹਾਂ ਕਰਕੇ ਪਿੱਛੋਂ ਦੀ ਇੱਕ ਵਾਰੀ ਉਨ ਲੈਣਾ ਹੈ ਇੱਕ ਵਾਰੀ ਇੰਨਾਂ ਹੀ ਗੁੰਡਿਆਂ ਨੂੰ ਫਿਰ ਅੱਗੋਂ ਦੀ ਉਨ ਕੇ ਛਿਆਂ ਤੋਂ ਇੱਕ ਕਰ ਦੇਣਾ ਇੱਥੇ ਛਿਆਂ ਤੋਂ ਸਾਡੇ ਕੋਲ ਦੋ ਗੁੰਡੇ ਹੋਣ ਹੋਗੇ ਅਗਲੇ 7 ਗੁੰਡੇ ਆਪਾਂ ਫੇਰ ਸਿੱਧੇ ਬਣਾਵਾਂਗੇ 2 3 4 5 6 ਤੇ 7 7 ਗੁੰਡੇ ਸਿੱਧੇ ਬਣਾਉਣ ਤੋਂ ਬਾਅਦ ਫੇਰ ਆਪਾਂ ਉਸੇ ਤਰ੍ਹਾਂ ਡਿਜ਼ਾਈਨ ਬਣਾਵਾਂਗੇ ਇੱਕ ਵਾਰ ਹੁਣ ਲਿਆ ਫਿਰ ਇਹਨੂੰ ਦੂਜੀ ਵਾਰ ਦੁਬਾਰਾ ਹੁਣ ਲਿਆ ਫਿਰ ਦੋ ਵਾਰ ਇਸੇ ਤਰ੍ਹਾਂ ਹੀ ਆਪਾਂ ਹੁਣਦੇ ਜਾਣਾ ਹੈ ਇਹ ਦੇਖੋ ਇੱਕ ਵਾਰ ਇਸ ਤਰ੍ਹਾਂ ਕਰਕੇ ਔਨ ਲੈਣਾ ਆ ਫਿਰ ਇਹ ਜਿਹੜਾ ਇਹਨੂੰ ਫਿਰ ਇਹ ਵਾਲੀ ਸਲਾਈ ਦੇ ਉੱਪਰ ਪਾ ਕੇ ਫਿਰ ਦੁਬਾਰਾ ਔਨ ਲੈਣਾ ਤਿੰਨ ਵਾਰ ਹੋ ਗਿਆ ਚਾਰ ਵਾਰ ਪੰਜ ਵਾਰ ਤੇ 6 ਵਾਰ ਇੱਕ ਗੁੰਡੇ ਤੋਂ ਆਪਾਂ 6 ਗੁੰਡੇ ਜਿਹੜੇ ਆ ਉਹ ਬਣਾ ਲਏ ਆ ਇੱਥੋਂ ਫਿਰ ਆਪਾਂ ਵਾਪਸ ਚੱਲ ਜਣਾ ਇਸ ਤਰ੍ਹਾਂ ਕਰਕੇ ਸਲਾਈ ਨੂੰ ਕਮਾ ਲੈਣਾ ਆ ਤੇ ਧਾਗਾ ਦੂਸਰੀ ਸਾਈਡ ਕਰ ਲੈਣਾ ਹੈ ਫਿਰ ਹਰ ਇੱਕ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਦੋ-ਦੋ ਵਲ ਮਾਰਨੇ 1 2 2 3 4 5 6 6 ਵਾਰ ਵਲ ਮਾਰ ਕੇ ਫਿਰ ਇੱਥੋਂ ਹੀ ਸਲਾਈ ਆਪਾਂ ਵਾਪਸ ਕਰ ਲੈਣੀ ਆ ਫਿਰ ਧਾਗਾ ਪਿਛਲੇ ਪਾਸੇ ਲੈ ਜਾਣਾ ਆ ਫਿਰ ਇਹਨਾਂ ਨੂੰ ਲੂਜ਼ ਕਰ ਲੈਣਾ 1 2 3 4 5 6 6 ਗੁੰਡੇ ਲੀਹੂ ਲੂਜ਼ ਕਰਕੇ ਆਪਾਂ ਇਹਨਾਂ ਨੂੰ ਖੱਬੇ ਹੱਥ ਵਾਲੀ ਸਿਲਾਈ ਤੇ ਪਾ ਕੇ ਇਸ ਤਰ੍ਹਾਂ ਪਹਿਲੋ ਬੈਕ ਲੂਪ ਦੇ ਨਾਲ 6 ਗੁੰਡਿਆਂ ਤੋਂ ਇੱਕ ਗੁੰਡਾ ਔਲ ਲਿਆ ਫਿਰ ਦੁਬਾਰਾ ਇਧਰੋਂ ਦੀ ਫਰੰਟ ਲੂਪ ਦੇ ਨਾਲ 6 ਗੁੰਡਿਆਂ ਤੋਂ ਇੱਕ ਗੁੰਡਾ ਕਰ ਲਿਆ ਲਾਸਟ ਵਾਲਾ ਗੁੰਡਾ ਜਿਹੜਾ ਆਪਾਂ ਸਿੱਧਾ ਬਣਾ ਲਾਂਗੇ ਪਹਿਲੀ ਸਿਲਾਈ ਬਣ ਗਈ ਆ ਹੁਣ ਆਪਾਂ ਅਗੇ ਆਂ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇਹ ਜਿਹੜੇ ਆਪਾਂ ਦੋ ਕੁੰਡੇ ਕੀਤੇ ਸੀ ਇਹਨਾਂ ਨੂੰ ਆਪਾਂ ਇਕੱਠੇ ਹੋਣ ਕੇ ਦੋ ਤੋਂ ਇੱਕ ਕਰ ਦਾਂਗੇ ਫਿਰ ਸੱਤ ਕੁੰਡੇ ਉਲਟੇ 1 2 3 4 5 6 ਸੱਤ ਕੁੰਡੇ ਉਲਟੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਸੱਤ ਕੁੰਡੇ ਉਲਟੇ ਦੋ ਤੇਨ ਚਾਰ ਪੰਜ ਛੇ ਸੱਤ ਉਲਟੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਲਾਸਟ ਵਾਲਾ ਉਲਟਾ ਡਿਜ਼ਾਈਨ ਦੀਆਂ ਦੋਵੇਂ ਸਲਾਈਆਂ ਜਿਹੜੀਆਂ ਬਣ ਗਈਆਂ ਨੇ ਐ ਵੇਖੋ ਡਿਜ਼ਾਈਨ ਦੀਆਂ ਦੋ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਫੁੱਲਿਆ ਫੁੱਲਿਆ ਨਜ਼ਰ ਆਉਂਦਾ ਉਸ ਤੋਂ ਬਾਅਦ ਆਪਾਂ ਚਾਰ ਸਲਾਈਆਂ ਜਿਹੜੀਆਂ ਉਹ ਉਲਟੀਆਂ ਸਿੱਧੀਆਂ ਬਣਾਵਾਂਗੇ ਦੋ ਸਲਾਈਆਂ ਉਲਟੀਆਂ ਦੋ ਸਲਾਈਆਂ ਸਿੱਧੀਆਂ ਇਹ ਚਾਰ ਸਲਾਈਆਂ ਉਲਟੀਆਂ ਸਿੱਧੀਆਂ ਬਣਾਉਣ ਤੋਂ ਬਾਅਦ ਮੈਂ ਤੁਹਾਨੂੰ ਦੱਸਦੀਆਂ ਕਿ ਅੱਗੋਂ ਆਪਾਂ ਡਿਜ਼ਾਈਨ ਜਿਹੜਾ ਉਹ ਕਿਸ ਤਰ੍ਹਾਂ ਬਣਾਉਣਾ ਹੈ ਹੁਣ ਚਾਰ ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਮੈਂ ਬਣਾ ਲਿਆ ਨੇ ਦੋ ਸਲਾਈਆਂ ਸਿੱਧੀਆਂ ਬਣਾਈਆਂ ਨੇ ਤੇ ਦੋ ਸਲਾਈਆਂ ਹੀ ਉਲਟੀਆਂ ਬਣਾਈਆਂ ਨੇ ਇਸ ਤੋਂ ਬਾਅਦ ਹੁਣ ਵੇਖੋ ਡਿਜ਼ਾਈਨ ਆਪਾਂ ਕਿੱਥੇ ਬਣਾਉਣਾ ਹੈ ਪਹਿਲਾਂ ਆਪਾਂ ਇੱਕ ਕੁੰਡਾ ਉਤਾਰ ਲਿਆ ਫਿਰ ਉਸ ਤੋਂ ਬਾਅਦ ਚਾਰ ਕੁੰਡੇ ਸਿੱਧੇ ਬਣਾਵਾਂਗੇ 2 3 ਤੇ 4 ਚਾਰ ਕੁੰਡੇ ਸਿੱਧੇ ਬਿਨਾਂ ਲਏ ਹੁਣ ਇਹ ਜਿਹੜਾ ਗੁੰਡਾ ਇਹਦੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਡਿਜ਼ਾਈਨ ਜਿਹੜਾ ਬਦਲਦੇ ਜਾਣਾ ਆਪਣਾ ਇੱਕ ਵਾਰ ਉਸ ਕੁੰਡੇ ਦੇ ਬੰਨਾ ਇੱਕ ਵਾਰ ਉਸ ਕੁੰਡੇ ਤੇ ਬੰਨਾ ਇਸੇ ਲਈ ਆਪਾਂ ਵਿੱਚ ਸੱਤ ਕੁੰਡੇ ਜਿਹੜੇ ਉਹ ਰੱਖੇ ਹੋਏ ਨੇ ਸੱਤ ਸੱਤਾਂ ਕੁੰਡਿਆਂ ਦੇ ਸੈਂਟਰ ਵਾਲੇ ਕੁੰਡੇ ਦੇ ਵਿੱਚ ਡਿਜ਼ਾਈਨ ਫੇਰ ਬਣੇਗਾ 2 4 5 ਤੇ 1 6 ਇਹ 6 ਗੁੰਡੇ ਆਪਾਂ ਬਣਾ ਲਏ ਫਿਰ ਇੱਥੋਂ ਵਾਪਸ ਚਲੇ ਜਾਣਾ ਫਿਰ ਉਸੇ ਤਰੀਕੇ ਦੇ ਨਾਲ ਹੀ ਬਣਾਵਾਂਗੇ ਜਿਸ ਤਰ੍ਹਾਂ ਪਹਿਲੋ ਡਿਜ਼ਾਈਨ ਬਣਾਇਆ ਆਪਾਂ ਫਿਰ ਇਹਨਾਂ ਨੂੰ 2-2 ਵਾਲ ਮਾਰਾਂਗੇ 3 4 5 6 6 ਗੁੰਡਿਆਂ ਨੂੰ 2-2 ਵਾਲ ਮਾਰ ਕੇ ਫਿਰ ਇੱਥੋਂ ਵਾਪਸ ਚਲੇ ਜਾਣਾ ਫੇ ਤਾਂਗਾ ਪਿੱਛੇ ਕਰਕੇ ਇਹਨਾਂ ਨੂੰ ਲੂਜ਼ ਕਰ ਲੈਣਾ 1 2 3 4 5 6 6 ਗੁੰਡਿਆਂ ਨੂੰ ਲੂਜ਼ ਕਰਨ ਤੋਂ ਬਾਅਦ ਫਿਰ ਆਪਾਂ ਖੱਬੇ ਹੱਥ ਵਾਲੀ ਸਲਾਈ ਤੇ ਪਾ ਕੇ ਇਹਨਾਂ ਤੋਂ ਇੱਕ ਗੁੰਡਾ ਕਰ ਦੇਣਾ ਇਸ ਤਰ੍ਹਾਂ ਸਿੱਧਾ ਹੁੰਦੇ ਹੋਏ ਫਿਰ ਇੱਕ ਵਾਰ ਪਿੱਛੋ ਦੀ ਹੁੰਦੇ ਹੋਏ ਇੱਕ ਗੁੰਡਾ ਫਿਰ ਆਪਾਂ ਬਣਾ ਲੈਣਾ ਉਸ ਤੋਂ ਬਾਅਦ ਫਿਰ ਆਪਾਂ 7 ਗੁੰਡੇ ਸਿੱਧੇ ਬਣਾਵਾਂਗੇ 2 ච පජ ෂ සාත කුේසි දෙබනලේ සේර එති පු දනිනම න වගේඒද ත 5 6 ਫਿਰ ਵਾਪਸ ਸਲਾਈ ਕਰਾਂਗੇ ਫਿਰ ਪਿੱਛੇ ਨੂੰ ਜਾ ਕੇ ਹਰ ਇੱਕ ਕੁੰਡੇ ਨੂੰ ਦੋ ਦੋ ਗੱਲ ਮਾਰਾਂਗੇ 1 2 3 4 5 6 6 ਕੁੰਡਿਆਂ ਨੂੰ ਦੋ ਦੋ ਵਾਰ ਮਾਰ ਲੇ ਫਿਰ ਇੱਥੋਂ ਹੀ ਆਪਾਂ ਵਾਪਸ ਹੋ ਜਾਣਾ ਹੈ ਫੇਰ ਇਹਨਾਂ ਨੂੰ ਲੂਜ਼ ਕਰਾਂਗੇ 1 2 3 4 5 6 6 ਕੁੰਡਿਆਂ ਨੂੰ ਲੂਜ਼ ਕਰਕੇ ਪਹਿਲਾਂ ਇਹਨਾਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦਾਂਗੇ ਫੇਰ ਇਹਨਾਂ ਨੂੰ ਫਰੰਟ ਲੂਪ ਦੇ ਨਾਲ ਦੁਬਾਰਾ ਉllਾਂਗੇ 6 ਕੁੰਡਿਆਂ ਤੋਂ ਇਹ ਆਪਾਂ ਦੋ ਕੁੰਡੇ ਕਰਦੇ ਫੇਰ ਅਗਲੇ 4 ਕੁੰਡੇ ਸਿੱਧੇ 1 2 3 ਤੇ 4 ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲਾਂਗੇ ਹੁਣ ਅਗੇ ਆਉਂਦੇ ਹਾਂ ਉਲਟੀ ਸਲਾਈ ਤੇ ਉਲਟੀ ਸਲਾਈ ਚ ਪਹਿਲਾ ਕੁੰਡਾ ਉਤਾਰ ਲਿਆ ਚਾਰ ਕੁੰਡੇ ਉਲਟੇ ਬਣਾਵਾਂਗੇ 2 3 4 ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਸੱਤ ਕੁੰਡੇ ਉਲਟੇ 2 3 4 5 6 7 ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਫਿਰ ਚਾਰ ਗੁੰਡੇ ਉਲਟੇ 2 3 4 ਤੇ ਲਾਸਟ ਵਾਲਾ ਵੀ ਉਲਟਾ ਇਹ ਹੁਣ ਦੋ ਵਾਰ ਆਪਾਂ ਡਿਜ਼ਾਈਨ ਬਣਾਤਾ ਹੈ ਇਸੇ ਤਰ੍ਹਾਂ ਹੀ ਸਾਡਾ ਡਿਜ਼ਾਈਨ ਜਿਹੜਾ ਬਣਦਾ ਜਾਣਾ ਇੱਥੇ ਤਿੰਨ ਡਿਜ਼ਾਈਨ ਬਣੇ ਨੇ ਉੱਪਰ ਦੋ ਡਿਜ਼ਾਈਨ ਬਣੇ ਨੇ ਇਸ ਤੋਂ ਉੱਪਰ ਫਿਰ ਚਾਰ ਸਲਾਈਆਂ ਉਲਟੀਆਂ ਸਿੱਧੀਆਂ ਬਣਾਉਣ ਤੋਂ ਬਾਅਦ ਫਿਰ ਤਿੰਨ ਡਿਜ਼ਾਈਨ ਬਣ ਗਏ ਇਸੇ ਤਰ੍ਹਾਂ ਹੀ ਆਪਾਂ ਜਿਹੜੀਆਂ ਆਪਣੀਆਂ 4 ਤੇ 2 6 ਸਲਾਈਆਂ ਦਾ ਟੋਟਲ ਡਿਜ਼ਾਈਨ ਆ ਇਹੀ 6 6 ਸਲਾਈਆਂ ਪਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਇਸ ਤਰ੍ਹਾਂ ਸਾਡਾ ਬਣਦਾ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਜੇਕਰ ਵੀਡੀਓ ਪਸੰਦ ਆਉਂਦੀ ਆ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਸੋਹਣੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ